ये नहीं, मैं यहाँ सिफत नहीं कर रहा, पर जे थोड़ी सोल साफ है, थोड़ी आत्मा साफ है, तो कुछ नहीं होंगे फिर तुसी मतलब रब थोड़ी चढ़ती कला रखता है ना। आप किसी दौड़ दे विच नहीं है, मैं किसी दौड़ का हिस्सा नहीं है, तो ना ही मैं कदम बनना चाहना, ना अपना कदम किसी ना कोई कंपीटिशन, आप ठीक हाँ खुश हाँ जिम्मे चल रहे। रिश्ता उही बचता जिन्होंने तुम बचा चाहते, अज के समय का तो हाल आ। ਜਿਹੜਾ ਬੰਦਾ ਮੈਨੂੰ ਮਿਲਿਆ ਹੀ ਨਹੀਂ, ਮੇਰੇ ਨਾਲ ਬਹਿ ਕੇ ਚਾਹ ਨਹੀਂ ਪੀਤੀ, ਮੇਰੇ ਨਾਲ ਕਿਤੇ ਗੱਲਾਂ ਨਹੀਂ ਕੀਤੀਆਂ, ਉਹ ਮੇਰੇ ਕਰੈਕਟਰ ਬਾਰੇ ਕਿਵੇਂ ਲਿਖ ਸਕਦਾ ਕਿ ਹਾਂ ਬਈ ਇਹਦਾ ਬੰਦਾ ਆਉਂ ਆ ਜੀ, ਇਹ ਤਾਂ ਖੜੂਸ ਆ ਜਾਂ ਚੰਗਾ ਜਾਂ ਮਾੜਾ ਜੋ ਵੀ ਆ। ਸਾਡੇ ਲੋਕ ਸਰਟੀਫਿਕੇਟ ਚੱਕੀ ਫਿਰਦੇ ਆ ਵੀ ਮਰਜ਼ੀ ਨਾਲ ਦੇ ਦਿੰਦੇ ਨੇ, ਹਨਾ ਉਹ ਇਹ ਚੱਕਰ ਆ। ਕੁਛ ਨਹੀਂ ਹੁੰਦਾ, ਪਰ ਮਨ ਨੂੰ ਦੁੱਖ ਹਰੇਕ ਬੰਦੇ ਦੇ ਹੁੰਦਾ ਵੀ ਜਿਹੜੇ ਤੁਸੀਂ ਨਹੀਂ ਹੁੰਦੇ, ਜੇ ਤੁਹਾਨੂੰ ਉਹ ਬਣਾ ਕੇ ਪੇਸ਼ ਕੀਤਾ ਜਾਵੇ ਤੁਹਾਡੇ ਮਨ ਨੂੰ ਫੀਲ ਹੁੰਦਾ ਯਾਰ ਵੀ ਇਹ ਕਰੀ ਕੀ ਜਾ ਰਹੇ ਇਹ। ਹੁਣ ਚਾਹੀਦਾ ਆਰਟਿਸਟਾਂ ਨੂੰ, ਮੈਂ ਵੀ ਟਰਾਈ ਕਰੂੰਗਾ ਵੀ ਇਹਨਾਂ 'ਤੇ ਕੋਈ ਨਾ ਕੋਈ ਚੈਨਲ, ਜੇ ਕੋਈ ਬੰਦਾ ਇਹੋ ਜਿਹਾ ਗੰਦਾ ਲਿਖਦਾ ਉਹਨੂੰ ਸਟ੍ਰਾਈਕ ਦਿਓ, ਉਹਦੇ ਉੱਪਰ ਲੀਗਲ ਕਾਰਵਾਈ ਕਰੋ, ਤਾਂ ਕਿ ਬੰਦੇ ਨੂੰ ਪਤਾ ਤਾਂ ਲੱਗੇ ਨਾ ਯਾਰ ਵੀ ਤੁਸੀਂ ਆਪਦੇ 2.5 ਪੈਸਿਆਂ ਦੇ ਪਿੱਛੇ ਤੁਸੀਂ ਉਸ ਬੰਦੇ ਦੀ ਸਾਰੀ ਉਮਰ ਦੀ ਕੀਤੀ ਮਿਹਨਤ ਦੀ ਇਮੇਜ ਨੂੰ ਤੁਸੀਂ ਜਲੂਸ ਕੱਢ ਰਹੇ ਹੋ ਨਾ। ਇੱਕ ਮੈਨੂੰ ਯਾਦ ਆ ਕਿਸੇ ਬੰਦੇ ਨੇ ਮੇਰੇ ਲਈ ਬਹੁਤ ਜ਼ਿਆਦਾ ਇੱਦਾਂ ਕੁਛ ਗਲਤ ਲਿਖਤਾ, ਅਤੇ ਮੈਂ ਜਦੋਂ ਮੈਨੂੰ ਠੀਕ ਨਹੀਂ ਸੀ, ਗਲਤ ਚੀਜ਼ ਸੀ, ਅਤੇ ਮੈਂ ਲੀਗਲੀ ਉਹਦੇ 'ਤੇ ਜਦੋਂ ਮੈਂ ਕੰਪਲੇਂਟ ਕੀਤੀ। ਬੇਟਾ ਹੁਣ ਪਾਪਾ ਦੇ ਗਾਣੇ 'ਤੇ ਨੱਚਣ ਲੱਗ ਪਿਆ, ਫਿਲਮਾਂ ਦੇਖਣ ਲੱਗ ਪਿਆ ਕਿ ਨਹੀਂ ਹੈ। ਇੱਕ ਘੋੜਾ 2.5 ਕਦਮ 'ਚ ਪਾਲ 'ਤੇ ਰਿਲੀਜ਼ ਹੋਣ ਜਾ ਰਹੀ ਹੈ 28 ਜਨਵਰੀ ਨੂੰ। ਮੈਂ ਇਹ ਪੁੱਛਣਾ ਚਾਹੁੰਦਾ ਵੀ ਫਿਲਮ 'ਚ ਕਰੈਕਟਰ ਕਿੱਦਾਂ? ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਕਹਿੰਦੇ ਹਾਥੀ ਸਿੱਧਾ ਚੱਲ ਕੇ ਦੰਦਾ ਬਣਿਆ ਖੇਡ ਵਿਗਾੜ, ਰਾਣੀ ਦੀ ਵੀ ਕੋਈ ਰੀਸ ਨਹੀਂ, ਪਾਉਂਦੀ ਚਾਰੇ ਪਾਸਿਓਂ ਮਾਤ, ਪਰ ਘੋੜਾ ਤਾਂ ਘੋੜਾ ਆ ਮਿੱਤਰੋ। ਕਹਿੰਦਾ ਜਿਹੜਾ 2.5 ਕਦਮ ਚੱਲ ਕੇ ਦੰਦਾ ਰਾਜੇ ਨੂੰ ਵੀ ਮਾਰ, ਦੰਦਾ ਰਾਜੇ ਨੂੰ ਵੀ ਮਾਰ। ਬਾਈ ਕੀ ਹਾਲ ਚਾਲ? ਬਿਲਕੁਲ ਠੀਕ ਹੈ ਜੀ, ਤੁਸੀਂ ਸੁਣਾਓ, ਠੀਕ ਠਾਕ ਹੋ? ਚੜ੍ਹਦੀ ਕਲਾ ਸਭ ਕਿਰਪਾ ਵੀਰੇ, ਮੇਰਾ ਵਾਹਿਗੁਰੂ, ਤੁਸੀਂ ਆਪਣੇ ਸੁਣਾਓ। ਬਹੁਤ ਸਾਲ ਪਹਿਲਾਂ ਗਾਣਾ ਆਇਆ ਸੀ, ਕਹਿੰਦਾ ਨਾ ਹੀ ਵਿਸਕੀ ਨਾ ਹੀ ਸੁੱਟੇ, ਪਰ ਲਈ ਦੇ ਸਵਰਗ ਦੇ ਝੂਟੇ, ਲੰਘੇ ਦੂਰ ਹੋ ਗਏ ਚੰਦ ਦੀ ਬੁਲਾ ਰਹੇ ਮਿੱਤਰਾਂ ਦੀ। ਚੜ੍ਹਦੀ ਕਲਾ ਚੜ੍ਹਦੀ ਕਲਾ ਰੱਖੇ ਸਾਰੇ ਮਿੱਤਰਾਂ ਨੂੰ ਖੁਸ਼ ਰੱਖੇ। ਬਾਈ ਉਹਨਾਂ ਨੇ ਪਹਿਲਾਂ ਹੀ ਸੋਚ ਕੇ ਰੱਖ ਲਿਆ ਸੀਗਾ, ਕਿਉਂਕਿ ਮਿਲਾ ਕਿੰਨੇ ਕਦੋਂ ਆਏ, ਕਿਹੜੇ ਸੰਚ ਆਏ ਸੀ ਕਿਹੜਾ? ਇਹ ਯਾਰਾ ਮੇਰੇ ਆਪ ਲੈਣ ਘਲਾ ਲਵਾਂ ਮੈਂ, ਚੜ੍ਹਦੀ ਕਲਾ ਦੀ ਵੀ ਚਾਹੀਦੀ ਵੀ ਆ। ਇਹ ਮੈਨੂੰ ਲੱਗਦਾ 7-8 ਦੇ ਵਿੱਚ ਆਇਆ ਸੀਗਾ, 8 ਦੇ ਵਿੱਚ, 8 ਦੇ ਵਿੱਚ ਐਲਬਮ ਕੀਤੀ ਸੀ ਬੈਚਲਰ, ਉਹਦੇ ਵਿੱਚ ਜਿਹੜਾ ਮੇਨ ਫਸਟ ਸੌਂਗ ਆਪਾਂ ਇਹ ਵੀਡੀਓ ਕੀਤਾ ਸੀ ਇਹਦਾ। ਮੈਨੂੰ ਲੱਗਦਾ ਵੀ ਚੜ੍ਹਦੀ ਕਲਾ ਪਰਮਾਤਮਾ ਨੇ ਅਜੇ ਤੱਕ ਬਰਕਰਾਰ। ਸ਼ੁਕਰ ਆ ਵੀਰੇ ਰੱਬ ਦਾ, ਇਹ ਉਸ ਰੱਬ ਦੇ ਹੱਥ ਆ, ਔਰ ਰੱਬ ਸਭ 'ਤੇ ਮਿਹਰ ਕਰੇ, ਸਾਰਿਆਂ ਦੀ ਚੜ੍ਹਦੀ ਕਲਾ ਰੱਖੇ। ਪਰ ਸਿੱਪੀ ਬਾਈ ਤੋਂ ਵੀ ਜਾਣਨਾ ਚਾਹੁੰਦੇ ਹਾਂ ਵੀ ਇਸ ਕੰਸਿਸਟੈਂਸੀ ਦਾ ਰਾਜ, ਕਿਉਂਕਿ ਕਿਸੇ ਵੀ ਫੀਲਡ 'ਚ ਚਲ ਜਾਓ ਹਾਂ ਬਹੁਤ ਬੰਦੇ ਆਉਂਦੇ ਆ, ਪਰ ਟਿੱਕੇ ਰਹਿਣਾ, ਬਣੇ ਰਹਿਣਾ, ਇਹ ਸਭ ਕਿਸੇ ਦੇ ਹੱਥ 'ਚ ਨਹੀਂ ਜਾਂਦਾ। ਇਹ ਰੱਬ ਤਾਂ ਦਿੰਦਾ ਹੈ ਵੀ ਜੇ ਤੁਸੀਂ ਆਪਦੀ ਸੋਲ ਨੂੰ ਸਾਫ਼ ਰੱਖੋਗੇ। ਮੈਂ ਕੋਈ ਵਡਿਆਈ ਨਹੀਂ ਕਰ ਰਿਹਾ, ਚਲੋ ਆਪਾਂ ਸੀਰੀਅਸ ਹੁੰਦੇ ਥੋੜ੍ਹੇ ਜਿਹੇ, ਮੈਂ ਕੋਈ ਵਡਿਆਈ ਨਹੀਂ ਕਰ ਰਿਹਾ, ਇਹ ਨਹੀਂ ਮੈਂ ਜਾਂ ਸਿਫਤ ਨਹੀਂ ਕਰ ਰਿਹਾ, ਪਰ ਜੇ ਤੁਹਾਡੀ ਸੋਲ ਸਾਫ਼ ਹੈ, ਤੁਹਾਡੀ ਆਤਮਾ ਸਾਫ਼ ਹੈ, ਤਾਂ ਕੁਛ ਨਹੀਂ ਹੁੰਦਾ ਫਿਰ ਤੁਸੀਂ ਮਤਲਬ ਰੱਬ ਤੁਹਾਡੀ ਚੜ੍ਹਦੀ ਕਲਾ ਰੱਖਦਾ ਹੈ। ਸੋ ਮੈਨੂੰ ਲੱਗਦਾ ਵੀ ਜੇ ਇੰਨਾ ਚਿਰ ਰੱਬ ਨੇ ਇਸ ਇੰਡਸਟਰੀ 'ਚ ਰੱਖਿਆ, ਅਤੇ ਇਸ ਤੋਂ ਅੱਗੇ ਵੀ ਮੈਂ ਤਾਂ, ਮੈਨੂੰ ਤਾਂ ਇਹ ਲੱਗਦਾ ਕਿ ਸ਼ੁਰੂ ਅੱਜ ਹੋਏ ਹਾਂ, ਅਤੇ ਕੋਈ ਚੱਕਰ ਵਾਲੀ ਗੱਲ ਨਹੀਂ, ਹਜੇ ਹੋਰ ਵੀ ਸਵਾਦ ਲਵਾਂਗੇ, ਤਾਂ ਉਹਦੇ ਪਿੱਛੇ ਉਸ ਵਾਹਿਗੁਰੂ ਦੀ ਮਿਹਰ ਆ ਬਹੁਤ ਵੱਡੀ। ਸਿੱਪੀ ਬਾਈ ਨੇ ਜਿੰਨਾ ਵੀ ਕੰਮ ਕੀਤਾ, ਜਿਹੜਾ ਉਹਨੂੰ ਪਸੰਦ ਆਇਆ ਉਹਨੇ ਉਹੀ ਕੀਤਾ, ਕਿਸੇ ਦੇ ਕਹਿਣ 'ਤੇ ਨਹੀਂ ਕੀਤਾ? ਬਿਲਕੁਲ ਨਹੀਂ ਜੀ, ਤਾਂ ਜੋ ਦਿਲ ਕੀਤਾ ਉਹੀ ਕੀਤਾ ਆ, ਕਿਸੇ ਦੇ ਮਤਲਬ ਜਿੰਨਾ ਕੁ ਜੀ ਕੀਤਾ ਉਨਾ ਕੀ ਕੀਤਾ ਹੈ ਜੀ। ਅਤੇ ਇੱਦਾਂ ਕਦੇ ਕਦੇ ਲੱਗਾ ਵੀ ਯਾਰ ਮੈਂ ਵੱਧ ਕੰਮ ਕਰ ਸਕਦਾ ਸੀ ਵੀ, ਜਾਂ ਕੀ ਹੋ ਗਿਆ, ਜਾਂ ਫੈਮਿਲੀ ਨੂੰ ਵੀ ਉਨਾ ਟਾਈਮ ਦੇਣਾ ਪਿਆ? ਕਿਉਂਕਿ ਇੱਕ ਮੈਨੂੰ ਤੁਹਾਡਾ ਇਹ ਪਲੱਸ ਪੁਆਇੰਟ ਲੱਗਦਾ ਬਹੁਤ ਆਰਟਿਸਟ ਦਾ ਵੀ ਤੁਸੀਂ ਆਪਣੀ ਜਿਹੜੀ ਫੈਮਿਲੀ ਉਹਨੂੰ ਪਬਲਿਕ ਕੀਤਾ। ਜੀ ਜੀ ਬਿਲਕੁਲ ਜੀ, ਮੇਰੀ ਫੈਮਿਲੀ ਮੈਨੂੰ ਲੱਗਦਾ ਕਿ ਸਭ ਨੂੰ ਪਤਾ ਹੀ ਹੈ ਕਿ, ਅਤੇ ਮੈਂ ਪੂਰਾ ਟਾਈਮ ਕੋਸ਼ਿਸ਼ ਹੁੰਦੀ ਵੀ ਸਾਰੇ ਪਾਸੇ ਪੂਰਾ ਟਾਈਮ ਲਈਏ, ਔਰ ਮੈਨੂੰ ਕੀ ਅਫਸੋਸ ਥੋੜ੍ਹਾ ਆ, ਕਿਉਂਕਿ ਮੈਂ ਚਾਹੁੰਦਾ ਹੀ, ਮੈਂ ਹੁਣ ਵੀ ਉਨਾ ਕੀ ਕਰਦਾ, ਆਪਾਂ ਕਿਸੇ ਦੌੜ ਦੇ ਵਿੱਚ ਨਹੀਂ ਹੈਗੇ, ਮੈਂ ਕਿਸੇ ਦੌੜ ਦਾ ਹਿੱਸਾ ਨਹੀਂ ਹੈਗਾ, ਅਤੇ ਨਾ ਹੀ ਮੈਂ ਕਦੇ ਬਣਨਾ ਚਾਹੁੰਦਾ, ਨਾ ਆਪਣਾ ਕਦੇ ਕਿਸੇ ਨਾਲ ਕੋਈ ਕੰਪੀਟੀਸ਼ਨ, ਆਪਾਂ ਠੀਕ ਹਾਂ ਖੁਸ਼ ਹਾਂ ਜਿਵੇਂ ਚੱਲ ਰਿਹਾ ਕੰਮ। ਇੱਕ ਘੋੜਾ 2.5 ਕਦਮ ਚਪਾਲ 'ਤੇ ਰਿਲੀਜ਼ ਹੋਣ ਜਾ ਰਹੀ ਹੈ 28 ਜਨਵਰੀ ਨੂੰ। ਮੈਂ ਇਹ ਪੁੱਛਣਾ ਚਾਹੁੰਦਾ ਵੀ ਫਿਲਮ 'ਚ ਕਰੈਕਟਰ ਕਿੱਦਾਂ ਦਾ ਤੁਹਾਡਾ? ਹਾਥੀ ਵਰਗਾ ਜਿਹੜਾ ਬਹੁਤ ਸਿੱਧਾ ਹੀ ਚੱਲਦਾ, ਘੋੜੇ ਵਾਂਗੂ ਜਿਹੜਾ 2.5 ਕਦਮ ਚੱਲ ਜਾਂਦਾ, ਜਾਂ ਪਿਆਦੇ ਵਾਂਗੂ ਹੌਲੀ ਹੌਲੀ? ਰਾਜਾ ਤਾਂ ਵੈਸੇ ਚੈੱਸ ਦੇ ਵਿੱਚ ਬਾਹਲਾ ਕੁਛ ਕਰਦਾ ਨਹੀਂ ਹੁੰਦਾ ਜਿੰਨਾ ਕੁ ਮੈਨੂੰ ਪਤਾ, ਜਾਂ ਰਾਣੀ ਕਰਦੀ ਹੁੰਦੀ ਸਾਰੀ ਕਹਾਣੀ? ਸੱਚ ਦੱਸਣ ਦਾ ਮੈਨੂੰ ਚੈੱਸ ਖੇਡਣੀ ਆਉਂਦੀ ਨਹੀਂ, ਨਾ ਮੈਂ ਕਦੇ ਸੀਪ ਖੇਡਿਆ, ਮੈਂ ਪਹਿਲਾਂ ਵੀ ਦੱਸਿਆ ਹੋਰੰਟ, ਅਤੇ ਨਾ ਹੀ ਮੈਨੂੰ ਕੋਈ ਐਸੀ ਕੋਈ ਵੀ ਟੇਢੀ ਗੇਮ ਆਉਂਦੀ ਆ, ਨਾ ਜਿਵੇਂ ਅਸੀਂ ਬਾਹਰ ਕਿਤੇ ਘੁੰਮਣ ਫਿਰਨ ਵੀ ਜਾਈਏ ਅਤੇ ਕਸੀਨੋ ਲੋਕ ਚਲੇ ਜਾਂਦੇ ਨੇ, ਸ਼ੌਂਕ ਨਾਲ ਮੈਨੂੰ ਕੋਈ ਸ਼ੌਂਕ ਨਹੀਂ। ਆਪਾਂ ਨੂੰ ਸ਼ੌਂਕ ਹੈਗਾ ਜਾਨਵਰਾਂ ਦਾ ਅਤੇ ਜਿੰਮ ਦਾ, ਸੋ ਇਸ ਕਰਕੇ ਮੈਨੂੰ ਇਹ ਤਾਂ ਨਹੀਂ ਨੌਲੇਜ ਹੈਗੀ,
पर जिहड़ी इह फिल्म आ इहदे विच इह आ कि सारी फिल्म विच जिहड़ी स्क्रिप्ट आ उह इदां दी आ कि चल ही चल रहे ने सारे, और किहड़ा बंदा एंड दे विच कामयाब हुंदा आ और उह इस फिल्म दा जिहड़ा किरदार आ उह मैं अदा कीता है। जिद्दां पिछली इंटरव्यू च भी तुसीं दस्सिया कि अपने ਪਰਿਵਾਰਾਂ ਦੀ ਲੜਾਈ ਦੀ ਗੱਲ ਆ ਨਾ ਜਿਹੜੀ ਹੁੰਦੀ ਸੀਗੀ, ਥੱਲੇ ਡਾਇਰੈਕਟਰ ਸਾਹਿਬ ਨਾਲ ਵੀ ਇਹੀ ਗੱਲ ਕਰ ਰਿਹਾ ਸੀਗਾ ਯਾਰ ਇਹ ਲੜਾਈ ਮੁੱਕਦੀ ਕਿਉਂ ਨਹੀਂ ਹੈਗੀ ਆਪਣੇ ਪਿੰਡਾਂ 'ਚ? ਅੱਜ ਵੀ ਹੈ ਚੀਜ਼ਾਂ ਉਸ ਹੀ ਲੈਵਲ 'ਤੇ ਬਰਕਰਾਰ ਆ, ਜਦੋਂ ਆਪਾਂ ਬਹੁਤ ਛੋਟੇ ਹੁੰਦੇ ਸੀ ਤਾਂ ਆਪਾਂ ਦੇਖਦੇ ਸੀ ਵੀ ਉਹਨਾਂ ਦੀ ਉਹਨਾਂ ਨਾਲ ਬਣਦੀ ਨਹੀਂ ਹੈਗੀ, ਅੱਜ ਵੀ ਆ ਵੀ ਉਹਨਾਂ ਦੀ ਯਾਰ ਉਹਨਾਂ ਦੇ ਅੱਗੇ ਨਿਆਣਿਆਂ ਦੇ ਵੀ ਉਹਨਾਂ ਨਾਲ ਨਹੀਂ ਬਣਦੀ। ਇਹ ਤਾਂ ਬਈ ਦੇ ਸੋਚ ਆ ਬੰਦਿਆਂ ਦੀ, ਮੈਨੂੰ ਇਹ ਲੱਗਦਾ ਹੈਗਾ ਕਿ ਪਿਆਰ ਕਰੋ ਅਤੇ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਜਿਹੜੇ ਰਿਸ਼ਤੇ ਆ ਤੁਹਾਡੇ, ਭੈਣ ਭਰਾ ਨੇ ਤੁਹਾਡੇ, ਯਾਰ ਦੋਸਤ ਆ, ਜਾਂ ਜਿੰਨਾ ਚਿਰ ਮਤਲਬ ਉਹ ਇਸ ਹੱਦ ਤੱਕ ਨਹੀਂ ਡਿੱਗ ਜਾਂਦੇ ਕਿ ਤੁਹਾਨੂੰ ਛੱਡਣੇ ਪੈਣ, ਉਹਨਾਂ ਚਿਰ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਬਚਾ ਕੇ ਰੱਖੋ। ਰਿਸ਼ਤਾ ਉਹੀ ਬਚਦਾ ਜਿਹਨੂੰ ਤੁਸੀਂ ਬਚਾਉਣਾ ਚਾਹੁੰਦੇ, ਅੱਜ ਦੇ ਸਮੇਂ ਦਾ ਤਾਂ ਆਹ ਹਾਲ ਆ। ਅਤੇ ਇਸ ਕਰਕੇ ਜਿਹੜੇ ਇੱਕ ਵਾਰੀ ਦੁਨੀਆ 'ਤੇ ਤੁਸੀਂ ਆਏ ਆ, ਇੱਕ ਵਾਰ ਤੁਹਾਨੂੰ ਰਿਸ਼ਤੇ ਮਿਲੇ ਨੇ, ਉਹ ਸੱਜਣ ਮਿਲੇ ਨੇ, ਅਤੇ ਵਧੀਆ ਸਮਾਂ ਕੱਢੋ ਉਹਨਾਂ ਦੇ ਨਾਲ, ਤਾਂ ਚੰਗੀ ਗੱਲ ਹੈ। ਸਿੱਪੀ ਬਾਈ ਦੀ ਜ਼ਿੰਦਗੀ 'ਚ ਕੋਈ ਇਨਸਾਨ ਗਿਆ ਚਾਹੇ ਰਿਸ਼ਤੇਦਾਰ ਗਿਆ, ਉਹ ਵਾਪਸ ਆਉਣਾ ਚਾਹੇ ਤਾਂ ਸਿੱਪੀ ਬਾਈ ਨੇ ਉਹਦਾ ਸਵਾਗਤ ਕੀਤਾ ਕਿ ਨਹੀਂ ਕੀਤਾ ਵੀ ਇੱਕ ਵਾਰੀ ਖਤਮ ਤਾਂ ਖਤਮ? ਕਿਤੇ ਵੀਰੇ ਜਾਣ ਦੇਈਦਾ ਹੀ ਨਹੀਂ, ਕੋਸ਼ਿਸ਼ ਤਾਂ ਇਹ ਹੁੰਦੀ ਆ ਵੀ ਨਾ ਜਾਵੇ, ਮੇਰੀ ਇਹ ਕੋਸ਼ਿਸ਼ ਹੁੰਦੀ, ਮੈਂ ਬਹੁਤ ਟਰਾਈ ਕਰਦਾ ਪਰ ਰੱਬ ਨਾ ਕਰੇ ਜਦੋਂ ਐਕਸੈਸ ਹੋ ਜਾਂਦੀ ਆ, ਜਦੋਂ ਪੰਜਾਬੀ 'ਚ ਕਹਿੰਦੇ ਵੀ ਪਾਣੀ ਸਿਰ ਤੋਂ, ਵੀ ਉਦੋਂ ਵੀ ਕਈ ਗੁਣਾ ਤਾਂ ਦੀ ਲੰਘ ਜਾਂਦਾ, ਫਿਰ ਜਦੋਂ ਮੈਂ ਮੇਰੀ ਆਦਤ ਹੈ ਫਿਰ ਜਦੋਂ ਮੈਂ ਸਟੈਪ ਬੈਕ ਕਰ ਜਾਂ ਫਿਰ ਨਹੀਂ, ਮੈਂ ਅੱਗੇ ਸਟੈਪ ਨਹੀਂ ਕਰਦਾ, ਫਿਰ ਉਹ ਸਾਰੀ ਉਮਰ ਲਈ ਬੈਕ ਹੁੰਦਾ ਆ। ਸੋ ਕੋਸ਼ਿਸ਼ ਇਹ ਹੁੰਦੀ ਆ ਕਿ ਉਹ ਚੀਜ਼ ਨੂੰ ਜਿੰਨਾ ਚਿਰ ਤੁਸੀਂ ਬਚਾ ਸਕਦੇ ਹੋ ਬਚਾ ਕੇ ਰੱਖੋ, ਪਰ ਜੇ ਕੋਈ ਬੰਦਾ ਮੂਲੋਂ ਹੀ ਯਾਰ ਤੁਹਾਨੂੰ ਲੱਗਦਾ ਵੀ ਤੁਹਾਨੂੰ ਤੰਗ ਕਰ ਰਿਹਾ ਮੂਲੋਂ ਹੀ ਆ, ਫਿਰ ਲੜੋ ਨਾ, ਫਿਰ ਸਤਿ ਸ਼੍ਰੀ ਅਕਾਲ ਕਰ ਦਿਉ ਵੀ ਠੀਕ ਆ ਯਾਰ, ਤੂੰ ਆਪਦੇ ਜਗ੍ਹਾ ਰਾਜੀ, ਮੈਂ ਆਪਦੀ ਜਗ੍ਹਾ ਰਾਜੀ ਹਾਂ, ਹੈ ਨਾ। ਐਸੇ ਮੂੰਹੋਂ ਐਸੇ ਸ਼ਬਦ ਨਾ ਹੀ ਕੱਢੀਏ ਇੱਕ ਦੂਸਰੇ ਨੂੰ ਕਿ ਕੱਲ੍ਹ ਨੂੰ ਉਹ ਚੁੱਭ ਜਾਣ ਕਿਸੇ ਜਗ੍ਹਾ ਦੇ ਉੱਪਰ, ਟਰਾਈ ਕਰੋ। ਜਸੜ ਬਾਈ ਨਾ ਇੱਕ ਮੁਲਾਕਾਤ 'ਚ ਗੱਲ ਕਰਦੇ ਸੀ, ਉਹ ਕਹਿੰਦੇ ਸੀ ਨਾ ਵੀ ਜਿਹੜੇ ਬੰਦੇ ਮਤਲਬ ਜਾਂ ਘੱਟ ਬੋਲਦੇ ਆ, ਜਿਹੜਾ ਲੋਕ ਕਹਿੰਦੇ ਉਹ ਥੋੜ੍ਹੇ ਅਨਸੋਸ਼ੀਅਲ ਆ, ਹੈ ਨਾ, ਕਹਿੰਦਾ ਯਾਰ ਉਹਦਾ ਇਹਦਾ ਰੀਜ਼ਨ ਇਹ ਹੁੰਦਾ, ਮੈਨੂੰ ਇਹ ਹੁੰਦਾ ਵੀ ਜਿਹਦੇ ਨਾਲ ਉਹ ਖੜ ਗਏ ਫਿਰ ਉਹਨਾਂ ਖੜਨਾ ਹੀ ਪੈਣਾ। ਹੁਣ ਇਹ ਤੁਹਾਨੂੰ ਵੀ ਪਤਾ, ਆਪਾਂ ਵੀ ਥੱਲੇ ਗੱਲ ਕਰਦੇ ਸੀਗੇ, ਲੋਕਾਂ ਦਾ ਮਾਇੰਡ ਸੈੱਟ ਹੈ ਵੀ ਸਿੱਪੀ ਬਾਈ ਬਹੁਤ ਗੁੱਸੇ ਵਾਲਾ ਜਾਂ ਇੱਦਾਂ ਨਹੀਂ, ਆਪਣੀ ਤਾਂ ਪਹਿਲਾਂ ਮੁਲਾਕਾਤ ਹੋਈ ਆ ਸਾਨੂੰ, ਮੈਂ ਥੱਲੇ ਕਹਾਂ ਬਈ ਇੱਦਾਂ ਦੀ ਤਾਂ ਕੋਈ ਗੱਲ ਹੈ ਨਹੀਂ। ਮੈਂ ਤਾਂ ਤੁਹਾਡੇ ਕੋਲ ਜਾਣਾ ਚਾਹੁੰਦਾ, ਤੁਹਾਨੂੰ ਕਿਉਂ ਲੱਗਦਾ ਵੀ ਤੁਹਾਡੀ ਇੱਦਾਂ ਦੀ ਧਾਰਨਾ ਕਿਉਂ ਬਣੀ ਹੋਈ ਆ ਕਿ ਸਿੱਪੀ ਬਾਈ ਬਹੁਤ ਗੁੱਸੇ ਵਾਲਾ? ਇਹ ਤੁਹਾਨੂੰ ਵੀ ਪਤਾ ਹੋਊ। ਮੈਂ ਕਹਿੰਦਾ ਕਾਰਨ ਦੱਸਦਾ, ਕਾਰਨ ਇਹ ਆ ਵੀ ਮੈਂ ਛੇਤੀ ਕਿਤੇ ਮੈਂ ਇੰਟਰਵਿਊ ਨਹੀਂ ਕੀਤੇ, ਇੱਥੇ ਲੋਕਾਂ ਨੂੰ ਦੱਸਣਾ ਪੈਂਦਾ ਕਿ ਵੀਰੇ ਮੈਂ ਕਿੱਦਾਂ ਦਾ ਹੈ। ਬੜੇ ਘੱਟ ਲੋਕ ਐਸੇ ਹੁੰਦੇ ਨੇ ਜਿਹੜੇ ਤੁਹਾਨੂੰ ਤੁਹਾਡੀ ਪਰਸਨੈਲਿਟੀ 'ਤੇ ਤੁਹਾਨੂੰ ਸਹੀ ਜੱਜ ਕਰ ਜਾਣ, ਅਤੇ ਸਾਡੇ ਜਿਹੜੇ ਲੋਕ ਭੋਲੇ ਆ ਉਹ ਉਸ ਬੰਦਿਆਂ ਦੇ ਮਗਰ ਲੱਗਦੇ ਆ ਜਿਹੜੇ ਸਿਰਫ ਯੂਟਿਊਬ ਤੋਂ ਪੈਸਾ ਕਮਾਉਣ ਲਈ ਆਏ ਹੋਏ ਨੇ, ਜਿਨ੍ਹਾਂ ਨੇ ਮੀਡੀਆ ਨੂੰ ਵੀ ਬਦਨਾਮ ਕੀਤਾ ਹੋਇਆ, ਉਹ ਤੁਹਾਡੀਆਂ ਇਮੇਜ ਨੂੰ ਚੱਕ ਕੇ ਤੋੜ ਮਰੋੜ ਕੇ ਇਸ ਤਰੀਕੇ ਨਾਲ ਪੇਸ਼ ਕਰਦੇ ਆ ਕਿ ਸਿੱਪੀ ਨੇ ਫਲਾਣੇ ਨਾਲ ਐਂ ਹੋ ਗਿਆ, ਕਿਉਂਕਿ ਇਹਨਾਂ ਐਂ ਹੋ ਗਿਆ, ਜੇ ਤਾਂ ਇੱਦਾਂ, ਜੇ ਜੀ ਉੱਦਾਂ। ਉਹ ਭੋਲੇ ਲੋਕ ਜਿਹੜੀ ਬਹੁਤਾਤ ਭੋਲਿਆਂ ਲੋਕਾਂ ਦੀ ਆ, ਉਹ ਪਿੱਛੇ ਲੱਗ ਜਾਂਦੀ ਹੈ ਨਾ। ਅਤੇ ਮੈਂ ਕਦੇ ਇੰਟਰਵਿਊ ਨਹੀਂ ਕੀਤੇ, ਮੈਂ ਕਦੇ ਸਾਹਮਣੇ ਆ ਕੇ ਦੱਸਿਆ ਹੀ ਨਹੀਂ, ਇੱਥੇ ਦੱਸਣਾ ਪੈਂਦਾ ਆ ਕਿ ਹੁਣ ਮੈਂ ਫਿਰ ਉਹੀ ਗੱਲ ਕਹਿੰਦਾ, ਕਿੰਨੇ ਇੰਟਰਵਿਊ 'ਚ ਅੱਜ ਮੈਂ ਸ਼ਾਮ ਤੱਕ ਬੋਲਿਆ ਹੋਊਗਾ ਵੀ ਜਿਹੜੇ ਬੰਦੇ ਨੇ ਕਦੇ ਕਿਸੇ ਨਾਲ ਮੇਰੇ ਨਾਲ ਚਾਹ ਦਾ ਕੱਪ ਨਹੀਂ ਪੀਤਾ, ਉਹ ਮੇਰੇ ਕਰੈਕਟਰ ਨੂੰ ਕਿਵੇਂ ਡਿਫਾਈਨ ਕਰ ਦੂੰ? ਜਿਹੜਾ ਬੰਦਾ ਮੈਨੂੰ ਮਿਲਿਆ ਹੀ ਨਹੀਂ, ਮੇਰੇ ਨਾਲ ਬਹਿ ਕੇ ਚਾਹ ਨਹੀਂ ਪੀਤੀ, ਮੇਰੇ ਨਾਲ ਕਿਤੇ ਗੱਲਾਂ ਨਹੀਂ ਕੀਤੀਆਂ, ਉਹ ਮੇਰੇ ਕਰੈਕਟਰ ਬਾਰੇ ਕਿਵੇਂ ਲਿਖ ਸਕਦਾ ਕਿ ਹਾਂ ਬਈ ਇਹਦਾ ਬੰਦਾ ਆਉਂ ਆ ਜੀ, ਇਹ ਤਾਂ ਖੜੂਸ ਆ ਜਾਂ ਚੰਗਾ ਜਾਂ ਮਾੜਾ ਜੋ ਵੀ ਹੈ, ਜਾਂ ਮੈਂ ਤੁਹਾਡੇ ਬਾਰੇ ਕਿਵੇਂ ਲਿਖ ਸਕਦਾ ਜਿੰਨਾ ਚਿਰ ਮੈਂ ਤੁਹਾਨੂੰ ਮਿਲਿਆ ਹੀ ਨਹੀਂ ਹੈਗਾ, ਹੈ ਨਾ। ਸੋ ਸਾਡੇ ਲੋਕ ਸਰਟੀਫਿਕੇਟ ਚੱਕੀ ਫਿਰਦੇ ਆ ਵੀ ਮਰਜ਼ੀ ਨਾਲ ਦੇ ਦਿੰਦੇ ਨੇ, ਹੈ ਨਾ। ਉਹ ਇਹ ਚੱਕਰ ਆ ਵੀ ਮੈਨੂੰ ਲੱਗਦਾ ਵੀ ਮੇਰਾ ਇੱਕ, ਤੁਸੀਂ ਦੇਖਿਓ ਜੀ ਮੇਰਾ ਕਦੇ ਵੀ ਤੁਸੀਂ ਇੰਟਰਵਿਊ ਨਹੀਂ ਦੇਖੋਗੇ, ਲੱਭੇ ਨਹੀਂ ਹੋਣੇ, ਆਹ ਇੰਟਰਵਿਊ ਹੋਣਗੇ ਜਦੋਂ ਆਪਾਂ ਜਾਣੇ ਦੇ, ਮੈਨੂੰ ਲੱਗਦਾ ਜਦੋਂ ਕੋਈ ਫਿਲਮ ਆ ਰਹੀ ਆ ਜਾਂ ਮੈਂ ਧਰਨੇ 'ਤੇ ਗਿਆ ਉਦੋਂ ਮੈਂ ਕਦੇ ਵੀ ਸਪੈਸ਼ਲ ਇੰਟਰਵਿਊ ਨਹੀਂ ਕੀਤੇ ਵੀ ਆਜੋ ਬੈਠ ਕੇ ਇੰਟਰਵਿਊ ਕਰਦੇ ਨੇ, ਪਰ ਹੁਣ ਮੈਨੂੰ ਲੱਗਦਾ ਕਿ ਮੈਨੂੰ ਕਰਨੇ ਚਾਹੀਦੇ ਨੇ ਤਾਂ ਕਿ ਤੁਹਾਡੇ ਬਾਰੇ ਲੋਕਾਂ ਨੂੰ ਪਤਾ ਲੱਗੇ, ਲੋਕ ਖੁਦ ਨਹੀਂ ਤੁਹਾਨੂੰ ਜਾਣ ਪਾਉਂਦੇ। ਮੈਂ ਸੋਚਦਾ ਸੀ ਨਹੀਂ ਵੀ ਲੋਕਾਂ ਨੂੰ ਪਤਾ ਹੀ ਹੋਊ ਯਾਰ ਵੀ ਕਿਹੜਾ ਬੰਦਾ ਕਿਹੋ ਜਿਹਾ, ਪਰ ਇੱਦਾਂ ਨਹੀਂ, ਲੋਕਾਂ ਨੂੰ ਪਤਾ ਲੱਗੇ ਇਸ ਤੋਂ ਪਹਿਲਾਂ ਜਿਹੜੇ ਛਾਤਰ ਲੋਕ ਆ ਉਹ ਤੁਹਾਡੀ ਇਮੇਜ ਨੂੰ ਤਹਿਸ ਨਹਿਸ ਕਰ ਦਿੰਦੇ ਨੇ ਕਿ ਇਹ ਬੰਦਾ ਤਾਂ ਜੀ ਖੜੂਸਾ ਹੈ, ਮਾੜਾ। ਇਹ ਚੀਜ਼ਾਂ ਹੁਣ ਕੈਰੀਅਰ ਬਹੁਤ ਲੰਬਾ ਹੋ ਗਿਆ, ਮੈਂ ਕਹਿੰਦਾ ਵੀ ਸਟਾਰਟਿੰਗ 'ਚ ਤਾਂ ਇਫੈਕਟ ਕਰਦੀਆਂ ਹੋਣਗੀਆਂ, ਹੁਣ ਇਫੈਕਟ ਕਰਦੀਆਂ ਜਾਵਾਂ ਵੀ ਕਿਸੇ ਨੇ ਕੋਈ ਰੀਲ ਹੈ ਜੋੜ ਕੇ ਬਣਾਤੀ ਜਾਂ ਆਰਟੀਕਲ ਲਿਖਤਾ, ਨਹੀਂ ਕਰਦੇ? ਨਹੀਂ ਜੀ, ਦੇਖੋ ਜੀ ਕੁਛ ਨਹੀਂ ਹੁੰਦਾ, ਪਰ ਮਨ ਨੂੰ ਦੁੱਖ ਹਰੇਕ ਬੰਦੇ ਦੇ ਹੁੰਦਾ ਵੀ ਜਿਹੜੇ ਤੁਸੀਂ ਨਹੀਂ ਹੁੰਦੇ, ਜੇ ਤੁਹਾਨੂੰ ਉਹ ਬਣਾ ਕੇ ਪੇਸ਼ ਕੀਤਾ ਜਾਵੇ ਤੁਹਾਡੇ ਮਨ ਨੂੰ ਫੀਲ ਹੁੰਦਾ ਯਾਰ ਵੀ ਇਹ ਕਰੀ ਕੇ ਜਾ ਰਹੇ ਨੇ, ਹੈ ਨਾ। ਅਤੇ ਹੋਰ ਨਹੀਂ, ਪਰ ਇਹ ਚੀਜ਼ ਗਲਤ ਲੱਗਦੀ ਹੈ ਕਿ ਯਾਰ ਜਿਹੜੀ ਚੀਜ਼ ਤੁਸੀਂ ਨਹੀਂ ਹੁੰਦੇ ਤੁਹਾਨੂੰ ਜਦੋਂ ਵੱਡੇ ਲੈਵਲ 'ਤੇ ਤੁਹਾਨੂੰ ਉਹ ਬਣਾ ਕੇ ਪ੍ਰੈਜੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਫਿਰ ਤੁਹਾਨੂੰ ਦੁੱਖ ਹੁੰਦਾ ਇਸ ਚੀਜ਼ ਦਾ ਯਾਰ ਵੀ ਇਹ ਕਰੀ ਕੇ ਜਾ ਰਹੇ ਨੇ, ਵੀ ਜਿਹੜਾ ਮੈਂ ਹੈ ਹੀ ਨਹੀਂ ਉਹ ਮੈਨੂੰ ਕਿਉਂ ਬਣਾ ਰਹੇ ਨੇ, ਹੈ ਨਾ। ਤੁਹਾਡਾ ਬੇਟਾ ਹੁਣ ਪਾਪਾ ਦੇ ਗਾਣੇ 'ਤੇ ਨੱਚਣ ਲੱਗ ਪਿਆ, ਫਿਲਮਾਂ ਦੇਖਣ ਲੱਗ ਪਿਆ ਕਿ ਨਹੀਂ? ਹਜੇ ਉਹਨੂੰ ਹਜੇ ਛੋਟਾ ਆ,
हाँ पर हाले ये छोटा आ जी तो भाजी टाइम घट ही आ भाजी हमने भी सवेर के लगे हुए मैं गिप्पी भाई गल कहता हूँ वो कहता यार फिल्म बनानी सौखी आ प्रमोशन करनी बहुत औखी है क्योंकि भाजी गल पता की होंगी है पुछण नूं एंकर्स को भी उही चीज़ आती घूम क्योंकि आप जो फिल्म की गल करनी है तो वह करनी है तो आर्टिस्ट नूं भी उही जवाब देने ही पड़े तो करके फर्क तो पै जाता तैनू तो मैं इंटरव्यू नहीं करता मैं यार भी मैं की दसूँगा मैं एक बार पहलियाँ दसता हो लोगों को पता कि मेरा मोगा पेंड रौली पेंड है आ कारा किता जी तो इदा करके मैं आया जी हूँ मैं बार बार वो बारे की दसा और जे इंटरव्यू करांगे फिर कमर्शियल अज दी गल्लां होणगियां उहदे विच सौ पुठियां गल्लां निकल जाणगियां उहनूं लैके फिर रौला पवेगा रौला कॉन्ट्रोवर्सीस दे उलझण ही वधनी आ उलझेवां ही वधना आ तो उस उलझेवें का फायदा की आ इसे करके मैं इंटरव्यू कदे भी नहीं सी करदा पर उहदा ड्रॉ एक नुकसान की होया कि वो जिहड़े घरां 'च बैठे जिहड़े हैगे ने यूट्यूबर जिहड़े सिर्फ पैसा कमाउंदे ने ते लोकां दी इमेज खराब करदे ने उन्होंने फायदा चक्किया इस चीज़ का उन्होंने मर्जी ना मैनूं प्रेजेंट करता भी सिप्पी दा इदां जी ते भोले लोग पिछे लग के उहनूं मन्नी जांदे ने सो इस करके मैनूं उहदा नुकसान भी होया ते इन फ्यूचर दो चेहरे ने दुनिया दे जिहड़े जिहड़ा चाहे वह कोई जो स्क्रीन ते ने लोग वो होर ने ते जो घर बैठे ने कुछ होर ने ते मैं वो हो नहीं सकया कदे आपां जो ऑफलाइन आ उ ऑनलाइन आ ठीक है जी ते इस चीज़ डिफरेंस आ बहुत ज़्यादा तुसी मैं तुहाडी वीडियो देखी तुसी कहिंदे स्मार्ट लोग स्मार्ट खेडदे आ उन्हां नूं दिलां नाल खेडणा आ गया लोगों के दिलों के नाल जज्बातों नाल खेडणा आ गया उन्हां यूट्यूबरां नूं तो पर मैं ये लगता भी आर्टिस्टों को भी चाहिए जो हम थोड़ी कोई इमेज खराब करता इस इमेज में तो बिल्ड करते इन्ने साल लग गए यार जिन्होंने लोग खराब करना चाहते हैं यूट्यूबर तो हम चाहिए आर्टिस्टों मैं भी ट्राई करूँगा भी इन्हें कोई ना कोई चैनल जो कोई बंदा यह गंदा लिखता उन्होंने स्ट्राइक दो उपर लीगल कार्रवाई करो तो कि बंद पता तो लगे ना यार भी आपके ढाई पैसों के पिछे उस बंद की सारी उम्र की की मेहनत की इमेज में जलूस कढ़ रहे हो ना तो उन्होंने पता तो लगना चाहिए भी तुम की कर लगे हो फिर जो चैनल के उपर स्ट्राइक जाती है फिर वो बंदे चिक्का भी मार दे भी बाई ना डिलीट ना हो जाए स्ट्राइक सारी जल जाते स्ट्राइक चैनल खत्म स्ट्राइक चैनल चला जाता हूँ मैं तो यही तो कहना आर्टिस्टों को भी स्टैप लेना चाहिए भी जो कि इदा थोड़ा बेफायदा खराब करता ना फिर थोड़ा कुछ नहीं आपके हरेक का कोई मित्र होंगे वकील उन्होंने कह के रखो भी बई यार माड़ा जहा पा लिया कर सिस्टम जरूरी है मेरे हिसाब से आर्टिस्ट सारे शायद इस चीज़ का पता भी ना हो जे उन्होंने बारे कोई बोलता तो उन्होंने को यूट्यूब उन्होंने राइट दें भी तुम स्ट्राइक पा सकते हैं जे वो लीगल होया कोई कोर्ट भी जाता है तो वह अप्रूव होगी चीज़ तो वो चैनल डिलीट हो जाता जो स्ट्राइक ही जाती उदू चीकों पै जाने एक मैं याद है किसी बंद ने मेरे लिए बहुत ज्यादा इदा कुछ गलत लिखता तो मैं जो मैं ठीक नहीं सी गलत चीज़ से तो मैं लीगली वह जो मैं कंप्लेट की स्ट्राइक गई वो बंद ने मेल तो परसनल मैसेज आ रहे बई सॉरी यार ए ना करो यार मैं भी मैं तो भी साडा ये तो इनकम आ फलाना मैं उन्होंने कहा मैं क्या भरा मेरे आ तेरी एक बार चीकां पै गई पर जोड़े बंद की तू इमेज खराब कर रहे हैं तेनों पता कि उन्हें किन्नी मेहनत करके तू तक आया तेरी एक बार दे ही चीक निकल गई है ना सो इस करके आर्टिस्टों को चाहिए कि वह मतलब इस चीज़ से जरूर उन्होंने लेना चाहिए स्टैप ता कि जिवें तुसी हुण तुसी इंटरव्यू करके चले तुसी सोहने क्वेश्चन सोहने आंसर किए हैं पर एक बंदा चक के उहदी कटिंग करके पुट्ठा सीधा करके छपाऊ उन्हूं ज़्यादा व्यू मिल जाने वो थोनों भी खराब कर रहे हैं कॉन्टेंट थोड़ा आ यूज़ वो कर रहे हैं है ना तुसी भी पा सकते हो जी तो भाई जी लास्ट यही कहेंगे भी 28 तरीक आ रही है घोड़ा 2.5 कदम तो भाई ने सारे इंटरव्यूज दस दिता भाजी वालों सेम ही है भी सारे ने अपनी फैमिली नाल देखना फैमिली मूवी है तो भाजी साड़ी तुहानू रिक्वेस्ट ये आ भी असं ये फील करते हैं कि सिप्पी गल भाई काम थोड़ा घट करते हैं तो इंडस्ट्री नज़र थोड़ा घट आते थोड़ा खिच के रखो भी तुहानू चाहण वाले तुहानू भी पता भी बहुत अज तक भी है वीरे हुण जिहड़ा साल आ 2023 च आपां वधिया काम करांगे तो मैं आपदे आप चक चेंज लैके आउणी है कि मैं वध गाने रिलीज़ करिया करूँगा चंगे करूँगा हुण आपां खिच के काम करांगे डेफिनेटली तो थैंक यू सो मच वीरे तो जुड़े रहो साडे चैनल दे नाल एक बार दोबारा दस दिए चपाल ऐप नूं डाउनलोड करो उहदे उत्ते फिल्म रिलीज़ हो जा रही है घोड़ा 2.5 कदम तो फिल्म देखो तो जेन्युइन फीडबैक देने जिन्हों पसंद आई वो पसंद दसते जिन्हों को कुछ कमी भी लगी है उन्होंने तरीके नाल दसो तो क्योंकि ऑडियंस के नाल ही सारा कुछ होंगे उन्होंने उस हिसाब के प्रेजेंट करो या अगली बार मेकर्स उस चीज़ों की इंप्रूवमेंट लैके आओ जुड़े रहो सब प्यार भरी सत श्री अकाल।